ਬਿਜ਼ਨ ਪੰਜਾਬੀ ਟਿਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਇਸ ਵਕਤ ਹੈ ਜੀ ਸਿੱਧੂ ਮੂਸੇ ਵਾਲੇ ਦਾ ਕਹਿੰਦੇ ਬਦਲਾ ਲੈ ਲਿਆ ਪੰਜਾਬ ਪੁਲਿਸ ਕਹਿੰਦੀ ਅਸੀਂ ਮੇਨ ਸ਼ੂਟਰ ਮਾਰ ਦਿੱਤੇ ਅਸੀਂ ਪੁਲਿਸ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਟਹਿਟੇਰੀ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਪੰਜਾਬ ਚ ਇੱਕ ਨਵੀਂ ਚਰਚਾ ਹੋਰ ਛੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਤਰ੍ਹਾਂ ਦੀ ਚਰਚਾ ਛੜੀਆਂ ਜਿੱਥੇ ਉਹ ਚਰਚਾਵਾਂ ਗੌਰ ਮੰਗਦੀਆਂ ਉੱਥੇ ਅਕਾਲੀ ਦਲ ਦਾ ਧਰਨਾ ਵੀ ਕੱਲ ਚਰਚਾ ਵਿੱਚ ਰਿਹਾ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਪੰਥਕ ਮੁੱਦਿਆਂ ਵੱਲ ਮੋੜਾ ਪੰਜਾਬ ਦੇ ਬੰਦੀ ਸਿੰਘਾਂ ਦੀ ਰਿਹਾਈ ਦਾ ਫਿਕਰ ਸੰਸਦ ਦੇ ਬਾਹਰ ਵੀ ਤੇ ਜੰਤਰ ਮੰਤਰ ਤੇ ਵੀ ਕੀ ਇਸ ਧਰਨੇ ਪਿੱਛੇ ਰਾਜਨੀਤੀ ਕੀ ਆਪਣੀ ਖੋਈ ਰਾਜਨੀਤਿਕ ਜ਼ਮੀਨ ਦੀ ਤਲਾਸ਼ ਹੈ ਜਾਂ ਫਿਰ ਸੱਚਮੁੱਚ ਪੰਜਾਬ ਦਾ ਤੇ ਪੰਥਕ ਮਸਲਿਆਂ ਦਾ ਫਿਕਰ ਹੈ ਇਹਦੇ ਉੱਤੇ ਵੀ ਕਰਾਂਗੇ ਚਰਚਾ ਤੇ ਨਾਲ ਹੀ ਇੱਕ ਵਾਰ ਫਿਰ ਖਤਰਾ ਖੜਾ ਹੋ ਗਿਆ ਕਿ ਕੀ ਤਨਖੇਤੀ ਕਾਨੂੰਨ ਬਦਲਵੇਂ ਢੰਗ ਨਾਲ ਸਾਹਮਣੇ ਆ ਰਹੇ ਨੇ ਕੋਈ ਨਵਾਂ ਰੂਪ ਧਾਰ ਕੇ ਆ ਰਹੇ ਨੇ ਕੀ ਐਮਐਸਪੀ ਕਮੇਟੀ ਤੇ ਕੀ ਹੈ ਇਹਦੇ ਪਿੱਛੇ ਦੀ ਸਿਆਸਤ ਤੇ ਕੀ ਹੈ ਜਥੇਵੰਦੀਆਂ ਦੀ ਭੂਮਿਕਾ ਇਹ ਸਾਰੇ ਤੇ ਕਰਾਂਗੇ ਚਰਚਾ ਚਰਚਾ ਕਰ ਲਈ ਸੀਨੀਅਰ ਪੱਤਰਕਾਰ ਤੇ ਟਿੱਪਣੀ ਕਰ ਵੱਜੋ ਜਾਣੇ ਜਾਂਦੇ ਸੁਸ਼ੀਲ ਸਾਂਝਾ ਸਾਡੇ ਨਾਲ ਨੇ ਪਾਜੀ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਦੀਪਕ ਜੀ ਸਾਰਾ ਸਵਾਗਤ ਹੈ ਪਾਜੀ ਮੈਂ ਐਮਐਸਪੀ ਵਾਲੀ ਕਮੇਟੀ ਤੋਂ ਗੱਲ ਸ਼ੁਰੂ ਕਰਨੀ ਚਾਹੁੰਦਾ ਹਾਂ ਕਿ ਪਿਛਲੇ 3-4 ਦਿਨਾਂ ਤੋਂ ਇਹ ਮੁੱਦਾ ਲਗਾਤਾਰ ਫਖ ਰਿਹਾ ਹੈ ਕੁਝ ਤਰ੍ਹਾਂ ਕਹਿੰਨੀਆਂ ਕਿ ਜਥੇਬੰਦੀਆਂ ਨੂੰ ਸ਼ਾਮਲ ਹੋਣਾ ਚਾਹੀਦਾ ਵਿੱਚ ਜਾ ਕੇ ਦਲੀਲ ਰੱਖ ਕੇ ਗੱਲ ਕਰਨੀ ਚਾਹੀਦੀ ਹੈ ਕੁਝ ਕਹਿੰਨੀਆਂ ਸਹੀ ਫੈਸਲਾ ਲੋੜ ਹੀ ਨਹੀਂ ਕਿਉਂਕਿ ਹੈ ਹੀ ਉਹ ਕਾਰਪੋਰੇਟ ਦੀ ਚਿਹਰਾ ਪਰ ਉਹਦੇ ਨਾਲ ਇੱਕ ਖਤਰਾ ਹੋਰ ਖੜਾ ਹੈ ਕਿ ਕੀ ਦੁਬਾਰਾ ਕਾਨੂੰਨਾਂ ਨੂੰ ਲਿਆਉਣ ਦੀ ਤਵਾਇਦ ਹੈ ਜਾਂ ਇਸ ਢੰਗ ਨਾਲ ਕੁਝ ਨਮਾ ਕਰਨ ਦੀ ਕੋਆਇਦ ਹੈ ਕੀ ਹੈ ਇਹ ਸਾਰੇ ਪਿੱਛੇ ਸਾਜ਼ਿਸ਼ ਆ ਦੇਖੋ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਹ ਧੋਖਾ ਸਿੱਧਾ-ਸਿੱਧਾ ਮਤਲਬ ਆਪਣੇ ਵਾਅਦਿਆਂ ਤੋਂ ਮੁੱਕਣ ਵਾਲੀ ਗੱਲ ਹੈ ਸਰਕਾਰ ਨੇ ਕੀਤੀ ਮਿਸਾਲ ਦੇ ਤੌਰ ਤੇ ਲੋਕ ਸਭਾ ਦੇ ਵਿੱਚ ਹੀ ਕਹਿ ਦਿੱਤਾ ਨਰਿੰਦਰ ਤੋਮਰ ਸਾਡੇ ਐਗਰੀਕਲਚਰ ਮਿਨਿਸਟਰ ਉਹਨਾਂ ਨੇ ਸਾਫ਼ ਕਹਿਤਾ ਕਿ ਸਾਡੀ ਤਾਂ ਗੱਲ ਹੀ ਨਹੀਂ ਹੋਈ ਵੀ ਅਸੀਂ ਕੋਈ ਗਾਰੰਟੀ ਗਰੂਨ ਲੈ ਕੇ ਆਵਾਂਗੇ ਐਮਐਸਪੀ ਤੇ ਇਹ ਕਿਆ ਸੀ ਐਮਐਸਪੀ ਤੇ ਕਮੇਟੀ ਬਣਾਵਾਂਗੇ ਕਮੇਟੀ ਬਣਾਤੀ ਹੈ ਤੇ ਦਰਵਾਜ਼ੇ ਖੁੱਲੇ ਆ ਤੇ ਅਸੀਂ ਕਈ ਵਾਰੀ ਨਾਂ ਕਿਹਾ ਉਹਨਾਂ ਨੂੰ ਕਿਸਾਨ ਜਿਹੜਾ ਮੋਰਚਾ ਵਿੱਚ ਜਿਉਣਾ ਪਰ ਉਹਨੇ ਨਾਂ ਨਹੀਂ ਦਿੱਤੇ ਹੁਣ ਵੀ ਜਦੋਂ ਵੀ ਉਹ ਗੱਲ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਦਰਵਾਜ਼ੇ ਖੁੱਲੇ ਆ ਕੇ ਬੈਠ ਕੇ ਗੱਲ ਕਰਨ ਲੈਣ ਪਰ ਜਿਹੜੀ ਗੱਲ ਸਿੱਧੀ ਤੌਰ ਤੇ ਉਹਨਾਂ ਨੇ ਸਪਸ਼ਟ ਕਰ ਦਿੱਤੀ ਵੀ ਕਿਸੇ ਵੀ ਕਿਸਮ ਦਾ ਕੋਈ ਵੀ ਐਦਾਂ ਦਾ ਪ੍ਰੋਮਿਸ ਨਹੀਂ ਸੀ ਕੀਤਾ ਗਿਆ ਵੀ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣ ਵਾਸਤੇ ਕਮੇਟੀ ਬਣਾਈ ਜਾਏਗੀ ਇਹ ਸਿੰਦਾ ਤੋਖਾ ਅੱਛਾ ਦੂਜੀ ਗੱਲ ਨਰਿੰਦਰ ਤੋਮਰ ਹੋਰਾਂ ਦਾ ਜੇ ਤੁਸੀਂ ਡੇਢ ਸਾਲ ਦਾ ਪੌਣੇ 2 ਸਾਲ ਦਾ ਜਦੋਂ ਤੋਂ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜੀ ਸੰਘਰਸ਼ ਸ਼ੁਰੂ ਹੋਇਆ ਸਾਲ ਸਵਾ ਸਾਲ ਦਿੱਲੀ ਦੇ ਬਾਰਡਰ ਦੇ ਉੱਤੇ ਸੰਘਰਸ਼ ਚੱਲਦਾ ਰਿਹਾ ਨਰਿੰਦਰ ਤੋਮਰ ਹੋਰਾਂ ਦਾ ਰੋਲ ਜੇ ਤੁਸੀਂ ਦੇਖੋਗੇ ਉਹ ਲਗਾਤਾਰ ਝੂਠ ਬੋਲ ਰਿਹਾ ਜਿਹੜੀਆਂ 11 12 ਮੀਟਿੰਗਾਂ ਪਹਿਲਾਂ ਵੀ ਹੋਈਆਂ ਸੀ ਕਿਸਾਨ ਆਗੂਆਂ ਦੇ ਨਾਲ ਉਦੇ ਚ ਵੀ ਜੋ ਗੱਲਾਂ ਕਹਿੰਦੇ ਨੇ ਬਾਹਰ ਆ ਕੇ ਝੂਠ ਬੋਲਦੇ ਨੇ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਕਿਸਾਨ ਜਥੇਬੰਦੀਆਂ ਨੇ ਜਿਹੜੀ ਉਦੋਂ ਮੋਰਚਾ ਜਦੋਂ ਵਾਪਸ ਲਿਆ ਵਾਪਸ ਨਹੀਂ ਲਿਆ ਮੁਲਤ ਵੀ ਕੀਤਾ ਪੋਸਟਪੋਨ ਕੀਤਾ ਉਦੋਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਕਾਹਲ ਸੀ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਹੁਣ ਘਰਾਂ ਨੂੰ ਵਾਪਸ ਭਰਤੇ ਆ ਜਾਏ ਵੀ ਤਿੰਨ ਖੇਤੀ ਕਾਨੂੰਨ ਜਿਹੜੇ ਆ ਉਹ ਤਾਂ ਵਾਪਸ ਹੋ ਗਏ ਬਾਕੀ ਲੜਾਈ ਫੇਰ ਲੜੀ ਜਾਏਗੀ ਉਹ ਥੋੜੀ ਜਿਹੀ ਕਿਤੇ ਨਾ ਕਿਤੇ ਉਹ ਗਲਤੀ ਉਹ ਹੋ ਗਈ ਲੱਗਦੀ ਹੈ ਜੇ ਉਦੋਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਹੋਰ ਜ਼ਿਆਦਾ ਦੌਰ ਜੇ 10 ਦਿਨ ਹੋਰ ਦਬਾਅ 'ਚ ਬੈਠੇ ਰਹੇ ਤਾਂ ਤੁਹਾਨੂੰ ਲੱਗਦਾ ਕਿ ਸਰਕਾਰ ਸਾਰਾ ਕੁਝ ਮੰਨ ਲੈਂਦੀ ਸਾਰਾ ਕੁਝ ਭਾਵੇਂ ਨਾਮ ਹੀ ਮੰਨਦੀ ਘਟੋ ਘਟ ਐਮਐਸਪੀ ਤੇ ਜਿਹੜੀ ਕਮੇਟੀ ਵਾਲਾ ਮਾਮਲਾ ਸ਼ਾਇਦ ਉਦੋਂ ਹੀ ਹੱਲ ਹੋ ਜਾਂਦਾ ਸ਼ੋਮੀਨਾਥਨ ਕਮਿਸ਼ਨ ਦੀ ਰਿਪੋਰਟ ਦਾ ਮਸਲਾ ਜਿਹੜਾ ਹੈ ਸ਼ਾਇਦ ਉਹ ਉਹ ਮਸਲਾ ਹੱਲ ਹੋ ਜਾਂਦਾ ਮੁਆਵਜ਼ੇ ਵਾਲਾ ਮਸਲਾ ਹਲੇ ਤੱਕ ਰਿੱੜ ਕੇ ਜਾ ਰਿਹਾ ਆ ਦੇਖ ਲਓ ਤੁਸੀਂ ਸਾਡੇ ਬਠਿੰਡੇ ਦੇ ਵਿੱਚ ਕੀ ਹੋਇਆ 36 ਦਿਨ ਬਠਿੰਡੇ ਦੇ ਵਿੱਚ ਲਗਾਤਾਰ ਕਿਸਾਨਾਂ ਨੇ ਜਿਹੜਾ ਆ ਸਿਵਲ ਸੈਕਟਰੀਟ ਦੇ ਸਾਹਮਣੇ ਤਰਨ ਲਈ ਰੱਖਿਆ ਆਖਰਕਾਰ ਪਰਸੋਂ ਉਹਨਾਂ ਨੇ ਸਿਵਲ ਸੈਕਟਰੀਟ ਦੇ ਦਰਵਾਜ਼ੇ ਨੂੰ ਲੋਕ ਲਾ ਦਿੱਤਾ ਉਹ ਮੁਆਵਜ਼ੇ ਦੀ ਲੜਾਈ ਹੈ ਨਾ ਵੀ ਤੁਸੀਂ ਜੇ ਮੰਨੇ ਸੀ ਚਾਹੇ ਪੰਜਾਬ ਸਰਕਾਰ ਦਾ ਦੇਸ਼ سے ਆਉਂਦੀਆਂ ਕੁਝ ਗੱਲਾਂ ਜਿਹੜੀਆਂ ਚਾਹੇ ਕੇਂਦਰ ਸਰਕਾਰ ਦੇ ਉਹ ਪੂਰੀਆਂ ਕਿਉਂ ਨਹੀਂ ਕੀਤੀਆਂ ਗਈਆਂ ਐਮਐਸਪੀ ਦੇ ਉੱਤੇ ਜਿਹੜੀ ਕਮੇਟੀ ਬਣਾਈ ਗਈ ਹੈ ਉਹਦੇ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਲੋਕ ਉੱਥੇ ਲਾਏ ਗਏ ਆ ਸੰਜੇ अग्रवाल ਨੂੰ ਜਿਹੜਾ ਐਗਰੀਕਲਚਰ ਦਾ ਐਕਸ ਸੈਕਟਰੀ ਹੈ 올 ओ ਬੰਦਾ ਜਾਨ ਨੀਤੀ ਕਮਿਸ਼ਨ ਦੇ ਵਿੱਚ ਨੀਤੀ ਅਯੋਗ ਦੇ ਵਿੱਚ ਜਿਹੜਾ ਰਮੇਸ਼ ਚੰਦ ਲਾਇਆ ਗਿਆ ਜਬ ਬਾਕੀ ਵੀ ਜਿਹੜੇ ਲੋਕ ਲਾਏ ਗਏ ਆ ਉਹ ਸਾਰੇ ਲੋਕ ਉਹ ਸੀ ਜਿਨ੍ਹਾਂ ਨੇ ਤਿੰਨ ਖੇਤੀ ਕਾਨੂੰਨ ਘੜਨ ਦੇ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਸੀ ਉਹਨਾਂ ਤੋਂ ਤੁਸੀਂ ਉਮੀਦ ਕਰਦੇ ਹੋ ਉਹਨਾਂ ਤੋਂ ਉਮੀਦ ਕਰਦੇ ਹੋ ਕਿ ਐਮ ਐਸ ਸੀ ਐਮ ਐਸ ਪੀ ਦੀ ਗਰੰਟੀ ਦੇਣਗੇ ਜਾਂ ਦੂਜੀ ਗੱਲ ਸਰਕਾਰ ਦਾ ਇਹ ਮੁੱਕਰਨਾ ਵੀ ਐਮ ਐਸ ਪੀ ਤੇ ਗਰੰਟੀ ਕੋਲੋਂ ਦੇਣਾ ਹੀ ਨਹੀਂ ਰ ਮਤਲਬ ਫੇ ਐਮ ਐਸ ਸੀ ਬਣਾਉਣੀ ਕਾਦੇ ਲਈ ਜੇ ਗਰੰਟੀ ਹੈ ਨਹੀਂ ਕੋਈ ਐਮਐਸਪੀ ਦਾ ਤਮਾਸ਼ਾ ਹੋ ਗਿਆ ਨਾ ਜਿਹੜੀ ਗੱਲ ਕਿਸਾਨ ਜਥੇਬੰਦੀਆਂ ਨੇ ਵੀ ਕਹੀ ਜਾਂ ਸੰਯੁਕਤ ਕਿਸਾਨ ਮੋਰਚੇ ਨੇ ਵੀ ਕਹੀ ਵੀ ਜੋ ਸੁਆਮੀਨਾਥਨ ਕਮਿਸ਼ਨ ਦਾ ਬਣਿਆ ਉਹੀ ਕੁਝ ਇਸ ਐਮਐਸਪੀ ਕਮੇਟੀ ਰਵਾਨਾ ਇਸ ਕਰਕੇ ਸਾਨੂੰ ਕੋਈ ਯਕੀਨ ਨਹੀਂ ਹੈ ਦੂਜੀ ਗੱਲ ਜਿਹੜੀ ਤੁਸੀਂ ਵੀ ਕਹੀ ਆ ਉਹ ਇਹ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੁਬਾਰਾ ਤੋਂ ਤਿੰਨ ਖੇਤੀ ਕਾਨੂੰਨ ਬਦਲੇ ਹੋ ਰੂਪ ਦੇ ਵਿੱਚ ਜਿਹੜੇ ਆ ਥੋਸਣ ਦੀ ਤਿਆਰੀ ਹੈ ਉਹਦੀ ਇੱਕ ਪ੍ਰੈਕਟਿਸ ਦਾ ਜਿਹੜੀ ਆ ਅਮਲੀ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਗਈ ਜੁਲਾਈ ਮਹੀਨੇ ਦੇ ਵਿੱਚ ਪਰਸਨ ਕਾਰਨ ਇਹ ਕਰ ਦਿੱਤਾ ਕਿ ਜਿਹੜੀ ਜਲ ਜੰਗਲ ਤੇ ਜ਼ਮੀਨ ਦਾ ਮਾਮਲਾ ਆ ਮੈਂ ਜੇ ਕਿਤੇ ਜ਼ਮੀਨ ਅਕਵਾਇਰ ਕਰਨੀ ਆ ਤਾਂ ਅੱਗੇ ਹੁੰਦਾ ਸੀ ਗ੍ਰਾਮ ਸਭਾ ਜਿਹੜੀ ਆ ਉਹ ਮਤਾ ਪਉਂਦੀ ਸੀ ਠੀਕ ਹੈ ਜੀ ਉਹ ਸਟੇਟ ਗਵਰਨਮੈਂਟ ਕੋਈ ਨਹੀਂ ਹੁੰਦਾ ਹੈ ਸਟੇਟ ਗਵਰਨਮੈਂਟ ਜਿਹੜੀ ਆ ਫਿਰ ਉਹਦਾ ਪ੍ਰੋਸੀਜਰ ਜਿਹੜਾ ਉਸ ਹਾਵ ਨਾਲ ਚੱਲਦਾ ਸੀ ਉਲਟਾ ਦਿੱਤਾ ਗਿਆ ਬਿਲਕੁਲ ಗ್ರಾಮ ਸਭਾ ਦੀ ਅਹਿਮੀਤ ਖਤਮ ਕਰ ਦਿੱਤੀ ਗਈ ਜਲ ਜੰਗਲ ਜ਼ਮੀਨ ਦੇ ਉੱਤੇ ਕੇਸ ਕਿਹਦਾ ਅਧਿਕਾਰ ਰਹੇਗਾ ਕਾਰਪੋਰੇਟ ਨੂੰ ਕਿੱਦਾਂ ਦੇਣਾ ਕਿਵੇਂ ਐਕਵਾਇਰ ਕਰਨੀ ਹੈ ਉਹਦੇ ਵਾਸਤੇ ਕੇਂਦਰ ਸਰਕਾਰ ਨੇ ਕਹਿਤਾ ਵੀ ਇਹ ਸੂਬਾਈ ਸਰਕਾਰਾਂ ਜਿਹੜੀਆਂ ਆ ਉਹ ਇਹਦਾ ਡਰਾਫਟ ਤਿਆਰ ਕਰਨਗੇ ਤੇ ਸਿੱਧਾ ਜਿਹੜਾ ਪੰਚਾਇਤ ਨੂੰ ਭੇਜਿਆ ਜਾਊਗਾ ਤੇ ਉਸ ਜ਼ਮੀਨ ਜਿਹੜੀ ਐਕਵਾਇਰ ਹੋ ਜੇਗੀ ਪੰਚਾਇਤ ਦਾ ਵਿਰੋਧ ਕਰਨ ਦੀ ਸਟ੍ਰੈਟਜੀ ਵੀ ਹੈ ਖਤਮੇ ਕਰਤਾ ਇਹ ਦੇ ਵਿੱਚ ਡਾਇਰੈਕਟਲੀ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਜਾਂ ਭਾਈ ਵਾਲੀ ਨਾ ਸਰਕਾਰਾਂ ਬਹੁਤੇ ਸੂਬਿਆਂ ਦੇ ਵਿੱਚ ਵਿਰੋਧੀ ਧਰਾਂ ਦੀਆਂ ਸਰਕਾਰਾਂ ਘੱਟ ਸੂਬਿਆਂ 'ਚ ਰਹਿ ਗਈਆਂ ਇਹਦਾ ਮਤਲਬ ਬਾਕੀ ਸਾਰੇ ਸੂਬਿਆਂ ਦੇ ਵਿੱਚ ਹੋ ਜਾਊਗਾ ਜਿਹੜੇ ਸੂਬੇ ਨਹੀਂ ਵੀ ਉਹਨਾਂ ਦੇ ਵਿਰੋਧੀਆਂ ਦੇ ਵੀ ਆ ਉਹਨਾਂ ਨੂੰ ਵੀ ਉਲਝਾ ਲਿਆ ਜਾਂਦਾ ਜਿੱਦਾਂ ਹੁਣ ਸਾਡੇ ਬੱਤੇਵਾੜਾ ਜੰਗਲ ਦਾ ਮਾਮਲਾ ਸੀ ਉਹ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਕਰਕੇ ਗਈ ਕੈਪਟਨ ਮੋਰਿੰਦਰ ਦੀ ਉਹਨੂੰ ਲਾਗੂ ਕਰਨ ਲੱਗੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਤਾਂ ਲੋਕਾਂ ਦਾ ਵਿਰੋਧ ਸੀ ਨਾ ਜਿਹਦੇ ਕਰਕੇ ਪੰਜਾਬ ਸਰਕਾਰ ਨੂੰ ਪ੍ਰੋਜੈਕਟ ਰੱਦ ਕਰਦਾਂ ਕਰਨਾ ਪਿਆ ਯਾਨੀ ਆਪੋਜੀਸ਼ਨ ਦੀਆਂ ਸਰਕਾਰਾਂ ਵੀ ਕੇਂਦਰ ਸਰਕਾਰ ਦੇ ਪ੍ਰੋਜੈਕਟ ਜਿਹੜੀਆਂ ਜਿਹਦੇ ਜਿਹਦੀ ਨੀਅਤ ਜਿਹ ਕਬਜ਼ਾ ਕਰਦਾ ਹਾਂ ਉਹਦੇ ਮੁਤਾਬਕ ਕੰਮ ਕਰ ਦਿੰਦੀਆਂ ਫਿਰ ਰਹਿ ਕੀ ਗਿਆ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਸੁਖਤ ਕਿਸਾਨ ਮੋਰਚੇ ਦੇ ਨਾਲ ਨਾਲ ਤਮਾਮ ਜਿਹੜੀਆਂ ਲੋਕ ਪੱਖੀ ਤੇ ਰਹਿ ਗਈਆਂ ਉਹਨਾਂ ਨੂੰ ਇੱਕ ਵੱਡੇ ਕੈਨਵਸ ਦੇ ਉੱਤੇ ਇੱਕ ਅੰਦੋਲਨ ਦੀ ਤਿਆਰੀ ਕਰਨੀ ਪੈਗੀ ਹੁਣ ਲੜਾਈਆਂ ਇਦਾਂ ਨਹੀਂ ਲੜੀਆਂ ਜਾਣਗੀਆਂ ਵੀ ਕਿਸਾਨ ਲੜ ਰਿਹਾ ਜੀ ਮਜ਼ਦੂਰ ਵੱਖਰੇ ਲੜ ਰਹੇ ਆ ਖੇਤ ਮਜ਼ਦੂਰ ਰਖੜੇ ਲੜ ਰਹੇ ਆ ਇੰਡਸਟਰੀ ਦੀ ਲੇਬਰ ਵੱਖਰੀ ਲੜ ਰਹੀ ਹੈ ਨੌਜਵਾਨ ਵੱਖਰੇ ਲੜ ਰਹੇ ਆ ਔਰਤਾ ਵੱਖਰੀਆਂ ਲੜ ਰਹੀਆਂ ਵਿਦਿਆਰਥੀ ਵੱਖਰੇ ਲੜ ਰਹੇ ਆ ਮੁਲਾਜ਼ਮ ਵੱਖਰੇ ਲੜ ਰਹੇ ਆ ਇਹ ਇੱਕ ਮੈਨੂੰ ਲੱਗਦਾ ਹੈ ਕਿ ਅੱਜ ਦਾ ਦੌਰ ਜਿਹੜਾ ਆ ਜੇ 471 72 ਜਿਹੜੀਆਂ ਕਿਸਾਨਾਂ ਦੀ ਜਿ세 ਬੰਦੀਆਂ ਹੈ ਤਾਂ ਸਾਰੇ ਦੇਸ਼ ਦੇ ਵਿੱਚ ਇਦਾਂ ਹੀ ਮਜ਼ਦੂਰਾਂ ਦੀਆਂ ਮੁਲਾਜ਼ਮਾਂ ਦੀਆਂ ਨੌਜਵਾਨਾਂ ਦੀਆਂ ਜਿ세 ਬੰਦੀਆਂ ਵੀ ਹੈਗੀਆਂ ਜੇ ਸਰਕਾਰ ਬਣ ਸਕਦੀ ਹੈ ਐਨਡੀਏ ਦੀ ਜਾਂ ਯੂਪੀਏ ਜਿਹੜਾ ਇਕੱਠਾ ਹੋ ਸਕਦਾ ਪਿਛਲੇ 30 ਸਾਲ ਵੀ ਅਸੀਂ ਦੇਖਿਆ ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕ ਜੇ ਇੱਕ ਪਲੇਟਫਾਰਮ ਤੇ ਆ ਸਕਦੇ ਸਤਾ ਹਾਸਲ ਕਰਨ ਵਾਸਤੇ ਕਾਮਨ ਮਿਨੀਮਮ ਪ੍ਰੋਗਰਾਮ ਬਣਾ ਕੇ ਤਾਂ ਕਾਮਨ ਮਿਨੀਮਮ ਪ੍ਰੋਗਰਾਮ ਬਣਾ ਕੇ ਜਨਤਾਕ ਜਥੇਬੰਦੀਆਂ ਇੱਕ ਵਿਸ਼ਾਲ ਕੈਨਵਸ ਦੇਸ਼ ਪੱਧਰ ਦਾ ਕਿਉਂ ਨਹੀਂ ਉਸਾਰ ਸਕਦੇ ਮੈਨੂੰ ਲੱਗਦਾ ਈਗੋਸ ਛੱਡਣੀਆਂ ਪੈਣਗੀਆਂ ਹਮ ਹੌਮੇ ਛੱਡਣੀ ਪਵੇਗੀ ਲੀਡਰਸ਼ਿਪ ਦੀ ਜਿਹੜੀ ਚੌਧਰੀ ਪੁਣਾ ਜਿਹੜਾ ਉਹਨੂੰ ਛੱਡਣਾ ਪਏਗਾ ਤੇ ਆਪਣੇ ਮੁਲਕ ਮੁਲਕ ਦਾ ਮਤਲਬ ਆਵਾਮ ਹੁੰਦਾ ਹੈ ਜੀ ਮਤਲਬ 140 ਕਰੋੜ ਲੋਕਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਵੱਖ-ਵੱਖ ਖੇਤਰਾਂ ਜਾਂ ਸੈਕਟਰਾਂ ਵਿੱਚ ਕੰਮ ਕਰਨ ਵਾਲੀਆਂ ਜਿਹੜੀਆਂ ਪ੍ਰੋ ਪੀਪਲ ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਨੂੰ ਇੱਕ ਮੰਚ ਤੇ ਆਉਣਾ ਪਵੇਗਾ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਸਾਂਝੇ ਪਲੇਟਫਾਰਮ ਤੇ ਆਉਣਾ ਪਵੇਗਾ ਅੱਜ ਦੀ ਇਹ ਸਭ ਤੋਂ ਵੱਡੀ ਲੋੜ ਹੈ ਪਰ ਇਹ ਵੀ ਨਹੀਂ ਹੈ ਵੀ ਇਹ ਵੱਖ-ਵੱਖਰੇ ਲੜਨੋਂ ਹਟ ਜਾਣ ਕਿਸਾਨ ਵੀ ਲੜਨ ਖੇਤ ਮਜ਼ਦੂਰ ਵੀ ਲੜਨ ਬਾਕੀ ਸੈਕਸ਼ਨ ਵੀ ਲੜਨ ਪਰ ਇੱਕ ਕਾਮਨ ਪ੍ਰੋਗਰਾਮ ਬਣਾ ਕੇ ਇੱਕ ਵਿਸ਼ਾਲ ਕਨਵਰਸ ਦੇਸ਼ ਪੱਧਰ ਦਾ ਜਿਹੜਾ ਹੈ ਜੁਆਇੰਟ ਇਨਵਰਸ ਬਣਾਉਣ ਦੀ ਲੋੜ ਹੈ।其实 ਇੱਕ ਪੰਜਾਬ ਚ ਮੁਰਕੇ ਚਰਚਾ ਚੱਲੀ ਆ ਹਰਿਆਣਾ ਚ ਵੀ ਚਰਚਾ ਹੋ ਰਹੀ ਕਿ ਜਿਸ ਢੰਗ ਨਾਲ ਚੋ ਸੁਬਿਆਂ ਦੀ ਉਹਨਾਂ ਸੁਬਿਆਂ ਦੀ ਨੁਮਾਇੰਦਗੀ ਬਾਹਰ ਕੀਤੀ ਗਈ ਜਿਹੜੇ ਕਿਸਾਨੀ ਪ੍ਰਧਾਨ ਸੂਬੇ ਨੇ ਖੇਤੀ ਦੇ ਧਰ ਸੂਬੇ ਨੇ ਚਾਹੇ ਉਹ ਯੂਪੀ ਆ ਚਾਹੇ ਹਰਿਆਣਾ ਆ ਚਾਹੇ ਪੰਜਾਬ ਆ ਜਦੋਂ ਕਿ ਮੇਜਰਮ ਵਰਗੇ ਜੰਮੂ ਕਸ਼ਮੀਰ ਵਰਗੇ ਨੁਮਾਇੰਦਗੀ ਦਿੱਤੀ ਤੇ ਉਹ ਸਾਰਾ ਕੁਝ ਸ਼ਾਸ਼ ਲੱਗਦਾ ਕਿ ਪੰਜਾਬ ਅਰਥ ਸ਼ਾਸਤਰੀ ਵੀ ਬਾਹਰ ਨੇ ਪੰਜਾਬ ਦੇ ਖੇਤੀਬਾੜੀ ਮਾਹਰ ਵੀ ਬਾਹਰ ਨੇ ਪੰਜਾਬ ਦੇ ਕਿਸਾਨ ਲੀਡਰ ਵੀ ਬਾਹਰ ਨੇ ਤੇ ਤਿੰਨ ਦੇ ਨਾਂ ਦੇ ਉੱਤੇ ਕੁਰਸੀਆਂ ਛੱਡਤੀਆਂ ਕਿ ਤਿੰਨ ਛੱਡੀਆਂ ਸੋ ਇਹ ਸਾਰੇ ਨiyet ਨਾਲ ਕੰਮ ਕਰ ਰਹੀ ਹੈ ਉਹਦੇ ਉੱਤੇ ਹੁਣ ਕਿਸਾਨ ਜਥੇਬੰਦੀਆਂ ਉੱਤੇ ਸਵਾਲ ਆਊਗਾ ਕਿ ਉਹ ਕੀ ਭੂਮਿਕਾ ਚਾਹਣਗੀਆਂ ਉਹਨਾਂ ਦੀ ਚਿੰਤਾ ਕੇਜੀ ਹੈ ਦੇਖੋ ਸਾਫ਼ ਜੀ ਗੱਲ ਹੈ ਕਿ ਜਿਨ੍ਹਾਂ ਸੂਬਿਆਂ ਨੂੰ ਤੁਸੀਂ ਜ਼ਿਕਰ ਕੀਤਾ ਵੈਸੇ ਤਾਂ ਪਹਿਲਾਂ ਪੰਜਾਬ ਨੂੰ ਕਿਹਾ ਜਾਂਦਾ ਸੀ ਕਿ ਪੰਜਾਬ ਦੇਸ਼ ਦਾ ਅੰਦਾਜ਼ਾ ਹੈ ਪਰ ਬਾਕੀ ਸੂਬਿਆਂ ਨੂੰ ਵੀ ਜੇ ਆਪਾਂ ਨਾਲ ਲਾਈਏ ਹਰਿਆਣਾ ਹੈ ਰਾਜਸਥਾਨ ਹੈ ਜਾਂ ਉੱਤਰ ਪ੍ਰਦੇਸ਼ ਹੈ ਮਤਲਬ ਭਾਰਤ ਦਾ ਟੋਟਲ ਜਿਹੜਾ ਅਨਾਜ ਦਾ ਜਿਹੜੀ ਪੂਰਤੀ ਜਿਹੜੀ ਆ ਉਹ 80% ਤੋਂ ਵੱਧ ਇਹ ਸੂਬੇ ਕਰਦੇ ਆ ਬਿਲਕੁਲ ਠੀਕ ਹੈ ਨਾ ਜੀ ਬਾਕੀ ਛੋਟੇ ਛੋਟੇ ਸੂਬੇ ਆ ਜਿਨ੍ਹਾਂ ਦੀ ਜਿਨ੍ਹਾਂ ਦੀ ਆਪਣੀ ਵੀ ਜਿਹੜੀ ਉਹਨਾਂ ਦੀ ਜ਼ਰੂਰਤ ਆ ਉਹ ਵੀ ਆਪਣੀ ਆਪ ਦੀ ਪੂਰੀ ਕਰਪਾਉਂਦੇ ਉਹਨਾਂ ਨੂੰ ਤੁਸੀਂ ਜਿਹੜਾ ਆ ਇਸ ਬਹੁਤ ਅਹਿਮ ਮਸਲੇ ਦੇ ਉੱਤੇ ਜਿਹੜਾ ਆ ਤੁਸੀਂ ਕਮੇਟੀ ਦੇ ਵਿੱਚ ਲੈਂਦੇ ਹੋ ਤੇ ਇਹਨਾਂ ਨੂੰ ਛੱਡ ਦਿੰਦੇ ਹੋ ਜਿੱਥੇ ਸਭ ਤੋਂ ਜ਼ਿਆਦਾ ਇਫੈਕਟ ਹੋਣਾ ਹਾਂ ਮਤਲਬ ਜਿਹੜੇ ਖੇਤੀ ਕਾਨੂੰਨ ਸੀ ਜਿਹੜੇ ਵਾਪਸ ਹੋ ਗਏ ਉਹਨੂੰ ਦੁਬਾਰਾ ਜੇ ਤੁਸੀਂ ਨਵੇਂ ਰੂਪ ਚ ਲੈ ਕੇ ਆਉਣਾ ਜਾਂ ਖੇਤੀ ਦੀ ਕੋਈ ਵੀ ਐਗਰੀਕਲਚਰ ਦੀ ਕੋਈ ਵੀ ਤੁਸੀਂ ਨਵੀਂ ਇੱਕ ਪਾਲਿਸੀ ਲੈ ਕੇ ਆਉਂਦੇ ਹੋ ਤਾਂ ਉਹਨੂੰ ਸਭ ਤੋਂ ਵੱਡਾ ਇਫੈਕਟ ਕਿੱਥੇ ਹੋਣਾ ਜਿਹੜੇ ਐਗਰੀਕਲਚਰਸ ਜਿਹੜੀ ਫਾਰਮਿੰਗ ਵਾਲੇ ਜਿਹੜੇ ਸੂਬੇ ਆ ਉਹ ਸੂਬੇ ਪਰੋਪਰ ਤੇ ਉਹਨਾਂ ਨੂੰ ਤੁਸੀਂ ਬਿਲਕੁਲ ਇਗਨੋਰ ਕਰਦੇ ਹੋ ਤੇ ਇਹਦਾ ਮਤਲਬ ਹੈ ਕਿ ਸਾਜ਼ਿਸ਼ਾਨਾ ਤਰੀਕੇ ਦੇ ਨਾਲ ਵੀ ਕਿਉਂਕਿ ਇੱਥੇ ਵਿਰੋਧ ਹੋਣਾ ਨਾ ਵਿਰੋਧ ਇੱਥੇ ਹੋਏਗਾ ਨਾ ਬਾਕੀ ਤਾਂ ਕੋਈ ਵਿਰੋਧ ਨਹੀਂ ਕਰੇਗਾ ਸੋ ਵਿਰੋਧ ਦੀ ਅਗਵਾਈ ਵੀ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਉਹ ਪ ਜਾਂ ਯੂਪੀ ਦੇ ਕਿਸਾਨ ਨੇ ਕੀਤੀ ਹੈ ਜਾਂ ਰਾਜਸਥਾਨ ਦੇ ਕਿਸਾਨ ਨੇ ਕੀਤੀ ਹੈ ਟੋਟਲ ਸਾਡੀ ਮੂਵਮੈਂਟ ਜਿਹੜੀ ਸੀਗੀ ਕਿਸਾਨ ਸਟਰਗਲ ਜਿਹੜੀ ਹੈ ਉਹਦਾ ਉਹਦਾ ਸਾਰਾ ਆਧਾਰ ਜਿਹੜਾ ਜ਼ਮੀਨੀ ਪੱਧਰ ਤੇ ਉੱਤੇ ਜਿਹੜਾ ਆ ਉਹ ਇਹਨਾਂ ਸੂਬਿਆਂ ਦੇ ਵਿੱਚ ਸੀ ਤੇ ਇਹਨਾਂ ਸੂਬਿਆਂ ਦੇ ਲੜਾਈ ਕਰਕੇ ਜਿਹੜਾ ਕਿਉਂਕਿ ਯੂਪੀ ਦੇ ਵਿੱਚ ਇਲੈਕਸ਼ਨ ਸੀ ਤੇ ਇਮੀਡੀਏਟ ਜਿਹੜੀ ਹੈ ਭਾਰਤ ਦੇ ਜਿਹੜੇ ਲੋਹ ਪੁਰਸ਼ ਕਹੇ ਜਾਂਦੇ ਆ ਪ੍ਰਧਾਨ ਮੰਤਰੀ ਉਹਨਾਂ ਨੂੰ ਮੰਨਣਾ ਪਿਆ ਸਾਲ ਬਾਅਦ ਉਹਨਾਂ ਨੇ ਜਿਹੜੀ ਹੈ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਜਿਹੜਾ ਕੀਤਾ ਸੋ ਇਹਨਾਂ ਸੂਬਿਆਂ ਨੂੰ ਇਗਨੋਰ ਕਰਨ ਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਇਹਨਾਂ ਨੂੰ ਉੱਤੇ ਹੀ ਬਾਅਦ ਕਰਕੇ ਰੱਖੋ ਦ ਸਰਕਾਰ ਜੋ ਇਹ ਲੜਨ ਜੋਗੇ ਬਿਨਾਂ ਰਹਿਣ ਪਰ ਇਹਦੇ ਨਾਲ ਇੱਕ ਉਲਟ ਸਥਿਤੀ ਵੀ ਪੈਦਾ ਹੁੰਦੀ ਹੈ ਵਿਗਿਆਨ ਦਾ ਇਹ ਨਿਯਮ ਹੈ ਕਿ ਜਿੰਨਾ ਜਿਆਦਾ ਦਵਾਈ ਤੁਸੀਂ ਕਿਸੇ ਚੀਜ਼ ਤੇ ਪਾਉਂਗੇ ਓਨਾ ਜਿਆਦਾ ਉਹ ਉਬਰੇਗਾ ਮਤਲਬ ਵਿਰੋਧ ਤੇ ਵਿਕਾਸ ਦਾ ਸਿਧਾਂਤ ਜਿਹੜਾ ਇੱਥੇ ਖੜਾ ਹੁੰਦਾ ਹੈ ਮਤਲਬ ਸਾਇੰਸ ਦਾ ਇੱਕ ਨਿਯਮ ਹੈ ਕਿ ਜਿੰਨੀ ਜ਼ੋਰ ਨਾਲ ਤੁਸੀਂ ਗੇਂਦ ਨੂੰ ਮਾਰੋਗੇ ਦੀਵਾਰ ਦੇ ਉੱਤੇ ਓਨੀ ਤੇਜ਼ੀ ਨਾਲ ਵਾਪਸ ਆਏਗੀ ਤੇ ਕਈ ਵਾਰੀ ਆ ਕੇ ਤੁਹਾਡੇ ਨੱਕ ਤੇ ਵੀ ਲੱਗ ਜਾਂਦੀ ਹੈ ਸਰਕਾਰ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਇਹ ਸਮਝ ਸ਼ਾਇਦ ਕੱਚੀ ਹਾਲੇ ਉਹਨਾਂ ਨੂੰ ਲੱਗਦਾ ਹੈ ਵੀ ਜੋ ਅਸੀਂ ਕਰੀ ਜਾਂਦੇ ਆ ਕਿਉਂਕਿ ਜਿਹੜਾ ਇੱਕ ਹੋਰ ਜਿਹੜਾ ਰਿਫਲੈਕਸ਼ਨ ਜਿਹੜੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਉਸ ਰੂਪ ਦੇ ਵਿੱਚ ਜਿਹੜੀ ਚੋਣਾਂ ਦੇ ਵਿੱਚ ਹੋਣੀ ਚਾਹੀਦੀ ਹੈ ਸਰਕਾਰ ਇਸ ਕਰਕੇ ਬਹੁਤ ਜ਼ਿਆਦਾ ਜ਼ਿੱਦੀ ਜਾ ਕੇ ਲੋ ਬਹੁਤ ਜ਼ਰਾ ਬੇਵਿਮਾਨੀ ਤੇ ਉਤਰਾਈ ਹੈ ਉਹਨੂੰ ਲੱਗਦਾ ਹੀ ਜੋ ਮਰਜ਼ੀ ਕਰੀ ਜਾਈਏ ਚੋਣਾਂ ਦੇ ਵਿੱਚ ਤਾਂ ਆਲਟੀਮੇਟਲੀ ਸਾਨੂੰ ਹੀ ਚੁਣਿਆ ਜਾਵੇ ਬਿਲਕੁਲ ਇਹ ਇਹ ਚਰਚਾ ਬਹੁਤ ਹੈ ਕਿ ਇੱਕ ਤਾਂ ਕਿ ਕੀ ਅੰਦੋਲਨ ਦੁਆਰਾ ਖੜਾ ਹੋਏਗਾ ਕੀ ਦੁਆਰਾ ਲੜਾਈ ਲੜਨੀ ਪੈਗੀ ਕੀ ਦੁਆਰਾ ਦਿੱਲੀ ਤੱਕ ਜਾਣਾ ਪੈਗਾ ਦੂਜੀ ਚਰਚਾ ਇਸ ਗੱਲ ਨੂੰ ਲੈ ਕੇ ਵੀ ਹੈ ਕਿ ਜਦੋਂ ਉੱਥੋਂ ਕਿਸਾਨ ਅੰਦੋਲਨ ਕਹਿੰਦੇ ਜੀ ਅਸੀਂ ਜਿੱਤ ਕੇ ਮੁੜ ਰਹੇ ਹਾਂ ਪੰਜਾਬ ਜਿਹੜੀਆਂ ਤਰ੍ਹਾਂ ਲੜ ਹਾਂ ਯੂਪੀ ਦੇ ਉਹ ਏਰੀਆ ਵੀ ਜਿੱਥੇ ਲਖੀਂਪੁਰ ਖੀ ਦੀ ਵਰਗਾ ਕਾਂਡਵਾਪਰ ਦਾ ਉੱਥੇ ਵੀ ਬੀਜੇਪੀ ਜਿੱਤ ਰਹੀ ਹੈ ਸੋ ਇਸ ਤੋਂ ਕੀ ਲੱਗਦਾ ਕਿ ਬੀਜੇਪੀ ਨੂੰ ਲੱਗਿਆ ਕਿ ਜੋ ਮਰਜ਼ੀ ਕਰੀ ਜਾਈ ਅਸਲ ਦੇ ਵਿੱਚ ਥੋੜੀ ਜੀ ਗਲਤੀ ਤਾਂ ਹੋਈ ਹੈ لازਮੀ ਤੌਰ ਦੇ ਉੱਤੇ ਦੇਖੋ ਜੇ ਸਾਡੇ ਦਰਸ਼ਕ ਜਾਣਦੇ ਆ ਕਿ ਜਦੋਂ ਅਸੀਂ ਅੰਦੋਲਨ ਦੇ ਦੌਰਾਨ ਵੀ ਗੱਲਾਂ ਕਰਦੇ ਰਹੇ ਅਸੀਂ ਇਸ ਗੱਲ ਤੇ ਜ਼ੋਰ ਦਿੰਦੇ ਰਹੇ ਹਾਂ ਵੀ ਲੜਾਈ ਦੋ ਤਰੀਕੇ ਨਾਲ ਹੁੰਦੀ ਹੈ ਇੱਕ ਪਾਰਲੀਮੈਂਟਰੀ ਤਰੀਕਾ ਹੁੰਦਾ ਇੱਕ ਮਤਲਬ ਪਾਰਲੀਮੈਂਟਰੀ ਸਟਰਗਲ ਜਿਹੜੀਆਂ ਹੋ ਗਈਆਂ ਇੱਕ ਐਕਸਟਰਾ ਪਾਰਲੀਮੈਂਟਰੀ ਸਟਰਗਲਸ ਇਕ ਸੰਸਦ ਦੇ ਅੰਦਰ ਅਸੈਂਬਲੀ ਦੇ ਅੰਦਰ ਇੱਕ ਸੰਸਦ ਤੋਂ ਬਾਹਰ ਸੜਕਾਂ ਦੇ ਖੇਤਾਂ 'ਚ ਮਿਲਾਂ ਦੇ ਇਸ ਵਾਰ ਠੀਕ ਹੈ ਨਾ ਜੀ ਅਸੀਂ ਇਸ ਗੱਲ ਤੇ ਜ਼ੋਰ ਦਿੰਦਾ ਹਮੇਸ਼ਾ ਕਿ ਜਿਹੜੇ ਇਹ ਲੋਕ ਲੜਨ ਵਾਲੇ ਆ ਇਹਨਾਂ ਨੂੰ ਜੇ ਆਉਣਾ ਵੀ ਚਾਹੁੰਦੇ ਆ ਹਾਂ ਇਹਨਾਂ ਨੂੰ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਆਉਣਾ ਚਾਹੀਦਾ ਜਨਤਕਰਨ ਦੇ ਉੱਤੇ ਤੇ ਉਹਦਾ ਹੀ ਅਸਰ ਹੋਣਾ ਤੇ ਜੇ ਤੁਸੀਂ ਇਲੈਕਸ਼ਨ ਨੂੰ ਧਿਆਨ ਚ ਰੱਖ ਕੇ ਜੇ ਆਪਣੇ ਅੰਦੋਲਨ ਨੂੰ ਜਿਹੜਾ ਇਸ ਤਰੀਕੇ ਨਾਲ ਲੈ ਕੇ ਜਾਓਗੇ ਤਾਂ ਲਾਜ਼ਮੀ ਤੌਰ ਤੇ ਇਹਨਾਂ ਨੂੰ ਨੁਕਸਾਨ ਹੋਊਗਾ ਤੇ ਉਹ ਨੁਕਸਾਨ ਅਸੀਂ ਦੇਖਿਆ ਵੀ ਹੈ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਐਕਸਪੀਰੀਅੰਸ ਹੋ ਗਿਆ ਇਹ ਹੁਣੇ ਵੀ ਚਾਹੀਦੇ ਆ ਕਵੀ ਅੱਧੀ ਗੱਲ ਨਹੀਂ ਐਕਸਪੀਰੀਅੰਸ ਹੋ ਗਿਆ ਸਬਕ ਵੀ ਤਾਂ ਮਿਲਿਆ ਨਾ ਜੇ ਤੁਸੀਂ ਕੁਝ ਕਰੋਗੇ ਉਹਦੇ ਨਤੀਜੇ ਤੁਹਾਨੂੰ ਪ੍ਰਭਾਵਿਤ ਕਰਨਗੇ ਨਾ ਜੋ ਚੋਣ ਲੜੇ ਸੀ ਤਾਂ ਉਹਨਾਂ ਨੂੰ ਸਮਝ ਵੀ ਤਾਂ ਆ ਗਈ ਨਾ ਵੀ ਚੋਣ ਲੜਨਾ ਸਾਡਾ ਗਲਤ ਸੀ ਉਦੋਂ ਅਸੀਂ ਗਲਤ ਕਹਿੰਦੇ ਰਹੇ ਆ ਉਹ ਨਹੀਂ ਸੀ ਮੰਦੇ ਮੰਨ ਲਓ ਅਸੀਂ ਚਲੋ ਫਿਰ ਵੀ ਇਹ ਕਹਿੰਦੇ ਰਹੇ ਆ ਸਪੋਰਟ ਦੇ ਤੌਰ ਦੇ ਉੱਤੇ ਵੀ ਲੜਨ ਵਾਲੇ ਲੋਕ ਐ ਲੋਕਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਪਰ ਬਹੁਤ ਦੇਰੀ ਨਾਲ ਚੁੱਕਿਆ ਗਿਆ ਕਦਮ ਸੀ ਦੂਜੀ ਗੱਲ ਤੁਹਾਨੂੰ ਮੈਂ ਮੈਂ ਇਮਾਨਦਾਰ ਹਾਂ ਵੀ ਤੁਹਾਨੂੰ ਘੱਟੋ ਘੱਟ 5 ਸਾਲ ਹਾਂ ਸਟਰਗਲ ਚ ਪੈਣਾ ਚਾਹੀਦਾ ਸੀ ਆ ਜਿਹੜਾ ਸਮਾਂ ਹੈ ਸਟਰਗਲ ਚ ਪੈਣ ਦਾ ਸੀ ਉਹ ਸਟਰਗਲ ਇਸ ਤਰੀਕੇ ਨਾਲ ਤੁਹਾਨੂੰ ਆਰਗੇਨਾਈਜ਼ ਕਰਨੀ ਚਾਹੀਦੀ ਸੀ ਕਿ ਜਿਹੜਾ ਅਨ ਆਰਗੇਨਾਈਜ਼ ਸੈਕਟਰ ਹੈ ਉੱਤੇ ਫੋਕਸ ਕਰਕੇ ਉਹਨਾਂ ਨੂੰ ਆਪਣੇ ਨਾਲ ਲੈ ਹੋਣਾ ਚਾਹੀਦਾ ਸੀ ਇੱਕ ਤੱਤ ਹੈ ਫੈਕਟ ਹੈ ਫੈਕਟ ਇਹ ਹੈ ਕਿ ਦਿੱਲੀ ਅੰਦੋਲਨ ਜਿਹੜਾ ਆਪਣਾ ਰਿਹਾ ਉਹਦੇ ਚ ਸ਼ੁਰੂਆਤੀ ਦੌਰ ਦੇ ਵਿੱਚ 50 50 ਸਗਾ ਵੀ 50% ਆਰਗੇਨਾਈਜ਼ਡ ਲੋਕ ਸੀਗੇ ਉਹਦੇ ਚ ਵਾਕੋ ਕਿ ਜਥੇਵੰਦੀਆਂ ਦੇ ਕਾਡਰ ਸੀਗੇ ਤੇ 50% ਜਿਹੜੇ ਸੀਗੇ ਅਨ ਆਰਗੇਨਾਈਜ਼ਡ ਜਿਹੜੇ ਆਪ ਮਹਾਰੇ ਤੇ 26 ਜਨਵਰੀ ਆਉਂਦੇ ਤੱਕ ਜਦੋਂ ਸਾਰੀ ਗੜਬੜ ਹੋਈ ਆ 26 ਜਨਵਰੀ ਆਉਂਦੇ ਤੱਕ 80% ਆਰਗੇਨਾਈਜ਼ਡ ਲੋਕ ਸੀ ਉੱਥੇ ਜਿਹੜੇ ਕੋਈ ਲੈ ਕੇ ਨਹੀਂ ਸੀ ਆਇਆ ਆਪ ਹੀ ਲੋਕ ਆਏ ਹੋਏ ਸੀ ਤੇ ਆਰਗੇਨਾਈਜ਼ਡ ਜਿਹੜੇ ਆ ਉਹ 20% ਰਹਿ ਗਏ ਸੀ ਓਵਰ ਆਲ ਜਿਹੜੇ ਇਹ ਨਹੀਂ ਕਿ ਉਹ ਘਟੇ ਸੀ ਸੀਗੇ ਤਾਂ ਉਹ ਇਧਰ ਗਿਣਤੀ ਬਹੁਤ ਵੱਧ ਗਈ ਇਧਰ ਗਿਣਤੀ ਵੱਧ ਗਈ ਸੀ ਤੋਂ ਇਹ ਇਹਨੂੰ ਧਿਆਨ ਚ ਰੱਖਣੀ ਲੋੜ ਹੈ ਵੀ ਜਿਹੜਾ ਅਨ ਆਰਗਨਾਈਜ਼ਡ ਸੈਕਟਰ ਜਿਹੜਾ ਆ ਜਿਹੜਾ ਤੁਹਾਡੇ ਨਾਲ ਆ ਕੇ ਖਲੂਗਿਆ ਸੀ ਉਹ ਤੁਹਾਡੇ ਤੋਂ ਦੂਰ ਕਿੱਦਾਂ ਚਲਾ ਗਿਆ ਹੂੰ ਉਹਨੂੰ ਵਾਪਸ ਕਿਦਾਂ ਲੈ ਕੇ ਆਉਂ ਜੀ ਉਹਨੂੰ ਸੰਭਾਲ ਕਿਉਂ ਨਹੀਂ ਸਕਿਆ ਉਹਨੂੰ ਸੰਭਾਲ ਕਿਉਂ ਨਹੀਂ ਸਕਿਆ ਉਹਨੂੰ ਆਰਗਨਾਈਜ਼ਡ ਕਿਉਂ ਨਹੀਂ ਕਰ ਸਕਦੇ ਸੋ ਐਸ ਵੇਲੇ ਜਿਹੜਾ ਭਾਰਤ ਦਾ ਸਭ ਤੋਂ ਜਿਹੜਾ ਖਤਰਨਾਕ ਪਹਿਲੂ ਹੈ ਉਹ ਹੈ ਕਿ ਸਾਡਾ ਬਹੁਤਾ ਜਿਹੜਾ ਸਮਾਜ ਜਿਹੜਾ ਆ ਉਹ ਗੈਰ ਜਥੇਵੰਦ ਹੈ ਤੇ ਇਹ ਗੈਰ ਜਥੇਵੰਦ ਰੱਖਣਾ ਚਾਹੁੰਦੇ ਆ ਹਾਕਮ ਹਾਂ ਹਾਕਮ ਹੈ ਚਾਹੇ ਲੋਦੀ ਤੇ ਰਹੀ ਇਹਨਾਂ ਦਾ ਪੋਲੀਟੀਕਲ ਕੈਰੇਕਟਰ ਤਾਂ ਸੇਮ ਹੈ ਇਹ ਚਾਹੁੰਦੇ ਆ ਕਿ ਗਲਤ ਕਿਸਮ ਦੀ ਸਿਆਸਤ ਨੂੰ ਸਿਆਸਤ ਨਹੀਂ ਬਦਲਣਾ ਹੁੰਦਾ ਬਦਲਨੀ ਸਿਆਸਤ ਨੂੰ ਬਿਲਕੁਲ ਗੈਰ ਸਿਆਸੀ ਬੰਦੇ ਨੂੰ ਕਰ ਦਿਓ ਜਿੰਨਾ ਗੈਰ ਸਿਆਸੀ ਕਰੋਗੇ ਉਹਨਾਂ ਤੁਹਾਨੂੰ ਫਿੱਟ ਬੈਠੇਗਾ ਇਸ ਕਰਕੇ ਸਾਡੇ ਜਿਆ ਜਿਹੜੀਆਂ ਜਥੇਵੰਦੀਆਂ ਜਨਤਕ ਜਥੇਵੰਦੀਆਂ ਉਹਨਾਂ ਦੀ ਇਹ ਸਭ ਤੋਂ ਵੱਡੀ ਲੋੜ ਵੀ ਹੈ ਤੇ ਉਹਨਾਂ ਦੀ ਇਹ ਜ਼ਿੰਮੇਵਾਰੀ ਵੀ ਹੈ ਵੀ ਜਿਹੜਾ ਅਨਾਰਗਨਾਈਜ਼ਡ ਸੈਕਟਰ ਜਿਹੜਾ ਆ ਵਕਫਕ ਸੈਕਟਰ ਦੇ ਵਿੱਚ ਜਿਹੜੇ ਬੈਠੇ ਆ ਉਹਨਾਂ ਤੇ ਕਿੱਦਾਂ ਫੋਕਸ ਕਰਨਾ ਉਹਨਾਂ ਨੂੰ ਆਪਣੇ ਕੈਂਪ ਵਿੱਚ ਕਿੱਦਾਂ ਰੱਖ ਲੈਣਾ ਉਹਨਾਂ ਨੂੰ ਗਿਆਨ ਵੀ ਤਾਂ ਚਾਹੀਦਾ ਨਹੀਂ ਤੁਸੀਂ ਦੋ ਦੋ ਚਾਰ ਧਰਨੇ ਮੁਜਾਰੇ ਕਰ ਲਓ ਚਾਰ ਬੰਦੇ ਤੁਹਾਡੇ ਆ ਤੁਹਾਡੇ ਕੋ ਆ ਗਏ ਅੱਜ ਆਏ ਜਾਂ ਕੱਲ ਨੂੰ ਨਹੀਂ ਹੋਣਗੇ ਉਹਨਾਂ ਨੂੰ ਨਾਲ ਦੀ ਨਾਲ ਤੁਸੀਂ ਇੱਕ ਗਿਆਨ ਵੀ ਤਾਂ ਦੇਣਾ ਤੁਸੀਂ ਦੱਸਣਾ ਵੀ ਤਾਂ ਹੈ ਵੀ ਸਮਾਜ ਦੀ ਅਸਲੀ ਪ੍ਰੋਬਲਮ ਕੀ ਹੈ ਸਾਡੀ ਇਕਨੋਮੀ ਦੀ ਕੀ ਪ੍ਰੋਬਲਮ ਹੈ ਸਾਡੀ ਰਾਜਨੀਤੀ ਕਿੱਥੇ ਹੈ ਦੇ ਗਿਆਨ ਤੇ ਅਗਿਆਨਤਾ ਦੀ ਹੀ ਅਸਲ ਦੇ ਵਿੱਚ ਲੜਾਈ ਆ ਤੇ ਜਿਹੜੇ ਜਿਹੜੇ ਹਾਕਮ ਨੇ ਜਾਂ ਸੱਤਾ ਚੋੜ ਦੀ ਕੋਸ਼ਿਸ਼ ਕਰਨ ਵਾਲੇ ਲੋਕ ਹੈ ਉਹ ਇਸ ਮੁਲਕ ਨੂੰ ਅਗਿਆਨਤਾ ਦੇ ਘੋਰ ਨੇਰੇ ਵਿੱਚ ਹੀ ਧਾੱਕ ਕੇ ਰੱਖਣਾ ਚਾਹੁੰਦੇ ਤੁਸੀਂ ਗਿਆਨ ਤੇ ਅਗਿਆਨਤਾ ਦੀ ਲੜਾਈ ਕਰ ਰਹੇ ਹੋ ਕਿ ਪਹਿਲਾਂ ਗਿਆਨ ਨਹੀਂ ਸੀ ਅਕਾਲੀ ਦਲ ਨੂੰ ਤੇ ਹੁਣ ਗਿਆਨ ਹੋ ਗਿਆ ਅੱਜ ਕੱਲ ਅਕਾਲੀ ਦਲ ਨੂੰ ਬਹੁਤ ਪੰਜਾਬ ਦਾ ਹੇਤ ਜਾਗ ਰਿਹਾ ਪੰਜਾਬ ਦਾ ਫਿਕਰਮੰਦ ਦੀ ਖਾਸ ਕਰ ਬੰਦੀ ਸਿੰਘਾਂ ਨੂੰ ਲੈ ਕੇ ਸੰਸਦ ਦੇ ਬਾਹਰ ਵੀ ਤਖਤੀਆਂ ਲੈ ਕੇ ਮਿੱਥਿਆ ਨੂੰ ਦਿਖਾਉਂਦੇ ਨਜ਼ਰ ਆਏ ਜੰਤਰ ਮੰਤਰ ਤੇ ਵੀ ਤਰਨਾ ਲਾਇਆ ਅਕਾਲੀ ਦਲ ਨੂੰ ਇੰਨਾ ਹੁਣ ਫਿਕਰ ਪੰਜਾਬ ਦਾ ਕਿਵੇਂ ਹੋ ਰਿਹਾ ਜਾਂ ਪੰਥਕ ਮੁੱਦਿਆਂ ਦਾ ਫਿਕਰ ਕਿਵੇਂ ਹੋ ਰਿਹਾ ਇਹਨਾਂ ਨੂੰ ਆਪਣਾ ਫਿਕਰ ਹੈ ਤੇ ਦੂਜੀ ਗੱਲ ਬਾਦਲ ਪਰਿਵਾਰ ਨੂੰ ਸਭ ਤੋਂ ਵੱਧ ਆਪਣਾ ਫਿਕਰ ਹੈ ਕਿ ਹੁਣ ਸਾਡਾ ਕੀ ਬਣਨਾ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਜਿਸ ਕਿਸਮ ਦਾ ਮੰਨਪ੍ਰਿਤ ਐਲਿ ਹੋਣਾ ਨੇ ਸਟੈਂਡ ਲਿਆ ਉਹਨਾਂ ਦਾ ਸਟੈਂਡ ਬਹੁਤ ਸਾਰੇ ਜਿਹੜੇ ਅਕਾਲੀ ਸਰਕਲ ਦੇ ਜਿਹੜੇ ਲੋਕ ਆ ਉਹਨਾਂ ਨੇ ਵੀ ਪਸੰਦ ਕੀਤਾ ਹੇਠਾਂ ਕਾਲਟਰ ਜਿਹੜਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਸਹੀ ਸਟੈਂਡ ਲਿਆ ਵੱਖਰੀ ਗੱਲ ਹੈ ਉਹਦੇ ਪਿੱਛੇ ਨੰਗੀ ਅੱਖ ਨਾਲ ਕੇਵਲ ਬਹੁਤ ਕੁਝ ਨਹੀਂ ਦਿਖਾਈ ਦਿੰਦਾ ਆਪਾਂ ਨੂੰ ਉਹਦੇ ਪਿੱਛੇ ਕੋਈ ਹੋਰ ਮੂਵ ਵੀ ਹੋ ਸਕਦੀ ਹੈ ਸ਼੍ਰੋਮ ਉਸ ਲੀਡਰਸ਼ਿਪ ਨੂੰ ਮਜਬੂਰ ਕਰਨਾ ਵੀ ਹੋ ਸਕਦਾ ਉਹਦੇ ਪਿੱਛੇ ਅਗਰਾਜ ਦਿੱਤੀ ਮਜਬੂਰ ਕਰਨਾ ਵੀ ਹੋ ਸਕਦਾ ਵੀ ਆਓ ਵਾਪਸ ਆ ਨਹੀਂ ਲਾਂਬੇ ਹੋ ਜਾਂ ਵਾਪਸ ਆਓ ਜਿਸ ਤਰ੍ਹਾਂ ਅਮਿਤ ਸ਼ਾਹ ਦੇ ਸਾਹਮਣੇ ਉਹ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਉਹਦੇ ਵਿੱਚੋਂ ਕੋਈ ਚੀਜ਼ਾਂ ਹੋਰ ਵੀ ਦਿਖਾਈ ਦਿੰਦੀਆਂ ਔਰ ਇਨ ਫਿਊਚਰ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਉਹਨਾਂ ਨੂੰ ਪਤਾ 파ਰਟੀ ਨੂੰ ਤਾਂ 파ਰਟੀ ਨੂੰ ਵੀ ਪਤਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਤੇ ਚਲੋ ਹੁਣ ਬਹੁਤੇ ਐਕਟਿਵ ਨਹੀਂ ਸੁਖੀਰ ਬਾਦਲ ਨੂੰ ਵੀ ਪਤਾ ਹਰਸਿੰਦਰ ਬਾਦਲ ਨੂੰ ਵੀ ਪਤਾ ਹੈ ਵੀ ਪੰਜਾਬ ਚ ਦੁਬਾਰਾ ਜੇ ਉਹਨਾਂ ਨੇ ਆਪਣੀ ਰਾਜਨੀਤਿਕ ਜ਼ਮੀਨ ਤਲਾਸ਼ਣੀ ਆ ਵੋਟਾਂ ਨਹੀਂ ਤਾਂ ਫਿਰ ਭਾਈ ਜਿਹੜੀ ਸ਼ਹਿਰੀ ਵੋਟ ਹੈ ਉਹ ਵੀ ਤੁਹਾਨੂੰ ਚਾਹੀਦੀ ਹੈ ਤੇ ਬੀਜੇਪੀ ਨੂੰ ਪਤਾ ਸਾਨੂੰ ਪਿੰਡੂ ਵੋਟ ਚਾਹੀਦੀ ਹੈ ਇਹਨਾਂ ਦੋਹਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਬੀਜੇਪੀ ਨੂੰ ਪਤਾ ਕਿ ਪਿੰਡੂ ਵੋਟ ਸਾਾਨੂੰ ਨਹੀਂ ਪੈਣੀ ਤੇ ਅਕਾਲੀ ਦਲ ਨੂੰ ਪਤਾ ਸ਼ਹਿਰੀ ਵੋਟ ਬੀਜੇਪੀ ਉਹ ਇਹ ਨਹੀਂ ਹੈ ਉਹ ਮੋੜੇ ਹੋਣ ਦੀ ਆਸ ਵੀ ਨਹੀਂ ਕੋਈ ਲੱਗ ਰਹੀ ਮੈਂ ਦੱਸਦਾ ਤੁਹਾਨੂੰ ਅਸਲ ਦੇ ਵਿੱਚ ਜੇ ਤੁਸੀਂ ਥੋੜਾ ਜਿਹਾ ਨੀਚੇ ਨਾਲ ਦੇਖੋ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਐਦਾਂ ਦੀਆਂ ਪਾਰਟੀਆਂ ਹੈਗੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਪੁਰਾਣੀਆਂ ਪਾਰਟੀਆਂ ਉਹ ਵੋਟ ਪਰਸੈਂਟੇਜ ਜਿੰਨਾ ਮਰਜ਼ੀ ਉਹਨਾਂ ਦਾ ਡਾਊਨ ਚੱਲ ਜਾਵੇ ਕੱਲ ਨੂੰ ਆਪ ਵੀ ਜਾ ਸਕਦਾ ਹੈ ਇਹ ਲਗਭਗ ਪੰਜਾਬ ਦੇ ਹਰ ਪਿੰਡ ਦੇ ਵਿੱਚ ਇਹਨਾਂ ਦੀਆਂ ਆਵਾ ਮ ਆਗੇ ਇਹਨਾਂ ਦੇ ਵਰਕਰ ਹੈਗੇ ਸਿਰਫ ਉਹ ਨਿਰਾਸ਼ ਬੈਠਾ ਵਰਕਰ ਬਹੁਤ ਨਿਰਾਸ਼ ਬੈਠਾ ਕਿਉਂਕਿ ਉਹਦੇ ਨਾਲ ਧੋਖਾ ਬਹੁਤ ਵੱਡਾ ਹੋ ਗਿਆ ਦੋਹਾਂ ਪਾਰਟੀਆਂ ਦੀ ਇਹ ਮੁਸੀਬਤ ਹੈ ਦੋਹਾਂ ਪਾਰਟੀਆਂ ਦੀ ਇਹ ਮੁਸੀਬਤ ਹੈ ਪਰ ਸਾਡੇ ਇੱਥੇ ਮੈਡੀਕਲ ਹੁੰਦੇ ਰਹਿੰਦੇ ਮੇਰਾ ਮੈਡੀਕਲ ਵਿੱਚ ਕੋਈ ਵਿਸ਼ਵਾਸ ਨਹੀਂ ਇਹ ਜਿਹੜੀ ਆਵਾ ਦੀ ਪਾਰਟੀ ਹੁਣ ਸੱਤਾ ਦੇ ਵਿੱਚ ਆਈ ਹੈ ਤੁਹਾਨੂੰ ਪਤਾ ਹੈ ਕਿ ਸੱਤਾ ਚੋਂ ਦੇ ਬਾਵਜੂਦ ਵੀ ਇਹਨਾਂ ਦਾ ਕੋਈ ਆਰਗੇਨਾਈਜ਼ੇਸ਼ਨਲ ਸਟਰਕਚਰ ਹੈ ਨਹੀਂ ਪੰਜਾਬ ਦੇ ਵਿੱਚ ਕੁਝ ਜਥੇਵੰਦ ਕਟਾਂਚਾ ਹੈ ਨਹੀਂ ਇਹ ਇਹ ਸਿਰਫ ਇੱਕ ਮੂਵ ਬਣਿਆ ਇਹਨਾਂ ਦੋਨਾਂ ਦੀਆਂ ਨਲਾਇਕੀਆਂ ਕਰਕੇ ਉਹ ਜਿਹੜੀ ਨੈਗੇਟਿਵ ਵੋਟ ਜਿਹੜੀ ਹੈ ਜਿਹੜੀ ਉਹ ਵੋਟ ਇੱਕਦਮ ਜਿਹੜੀ ਸਾਰੀ ਇਸ ਪਾਸੇ ਨੂੰ ਗਈ ਹੈ ਉਹ ਕਿਸੇ ਵੇਲੇ ਵੀ ਪਰਤ ਸਕਦੀ ਹੈ ਸਿਰਫ ਉਹਨਾਂ ਨੂੰ ਥੋੜਾ ਹੌਸਲਾ ਚਾਹੀਦਾ ਉਹਨਾਂ ਨੂੰ ਹੌਸਲਾ ਚਾਹੀਦਾ ਉਹਨਾਂ ਨੂੰ ਮਾਨਦਾਨ ਚਾਹੀਦਾ ਉਹਨਾਂ ਨੂੰ ਇਹ ਚਾਹੀਦਾ ਵੀ ਹਾਂ ਵੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਸਾਨੂੰ ਕਿਤੇ ਨਾ ਕਿਤੇ ਸਤਿਕਾਰ ਦੇਦੀ ਹੈ ਸਤਿਕਾਰ ਖਤਮ ਹੋ ਗਿਆ ਸੀ ਇਹਨਾਂ ਦੋਵਾਂ ਪਾਰਟੀ ਦੇ ਵਿੱਚ ਜਿਹੜਾ ਲੁੱਟ ਕੇ ਖਾਣ ਵਾਲਾ ਮਸਲਾ ਖੜਾ ਉਹਦੇ ਤੇ ਜਾਂ ਪੰਥਕ ਮਸਲੇ ਤੋਂ ਮੂੰਹ ਮੋੜਨ ਵਾਲਾ ਮਸਲਾ ਖੜਾ ਅ ਜਿਹੜੀ ਸਭ ਤੋਂ ਜ਼ਿਆਦਾ ਸਮਝਣ ਵਾਲੀ ਗੱਲ ਹੈ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਬਾਗਡੋਰ ਸੰਭਾਲੀ ਗਈ ਉਦੋਂ ਦੋ ਗੱਲਾਂ ਆਪਣੀਆਂ ਨੰਬਰ 1 ਤਾਂ ਹੈ ਕਿ ਉਹਨਾਂ ਨੇ ਜਿਹੜਾ ਪੰਥਕ ਧਰਾਤਲ ਸੀ ਆਪਣੀ ਉਹਨੂੰ ਛੱਡ ਕੇ ਇੱਕ ਜਿਹੜੀ ਧਰਮ ਤੇ ਆਧਾਰਿਤ ਰਾਜਨੀਤੀ ਉਹ ਕਰਦੇ ਸੀ ਉਹਨੂੰ ਛੱਡ ਕੇ ਉਹਨਾਂ ਨੇ ਆਪਣੀ ਪਾਰਟੀ ਦਾ ਜਿਹੜਾ ਰੰਗ ਰੂਪ ਹੈ ਜਾਂ ਦਿਖਪੱਖ ਜਿਹੜੀ ਹੈ ਉਹ ਪੰਜਾਬੀ ਬਣਾਉਣੀ ਸ਼ੁਰੂ ਕਰ ਦਿੱਤੀ ਯਾਨੀ ਉਹ ਤਾਂ ਪੰਜਾਬੀਕਰਨ ਕਰ ਦਿੱਤਾ ਗਿਆ ਉਹਦੇ ਵਿੱਚ ਜਿਹੜੇ ਬਾਕੀ ਤਮਕੇ ਬਾਕੀ ਫਿਰਕੇ ਬਾਕੀ ਜਾਤਾਂ ਉਹਨਾਂ ਨੂੰ ਵੀ ਮਹੱਤਵ ਦਿੱਤਾ ਜਾਣ ਲੱਗ ਪਿਆ ਹਿੰਦੂ ਲੀਡਰਸ਼ਿਪ ਅੱਗੇ ਆ ਗਈ ਸੂਬ ਚੰਦ ਸਿੰਘ 라ਵਰਗੇ ਬਠਿੰਡੇ ਕੇ ਸ਼ਰਮਾ ਵਰਗੇ ਲੋਕ ਜਿਹੜੇ ਆ ਉਹ ਇਦਾਂ ਦਾ ਪੰਜਾਬੀ ਕਰਨ ਕੀਤਾ ਗਿਆ ਉਹ ਇੱਕ ਪੋਜ਼ਿਟਿਵ ਗੱਲ ਵੀ ਸੀ ਤੇ ਜਿਹੜੇ ਕ੍ਰਿਟਿਕ ਆ ਪੋਲੀਟਿਕਲ ਕ੍ਰਿਟਿਕ ਉਹਨਾਂ ਨੇ ਇਹਨੂੰ ਬਹੁਤ ਪੋਜ਼ਿਟਿਵ ਕਿਹਾ ਤੇ ਉਦੋਂ ਸੁਖਵੀਰ ਬਾਦਲ ਦੇ ਸੋਲੇ ਗਾਏ ਜਾਂਦੇ ਸੀ ਵੀ ਕਮਾਲ ਕਰਤੀ ਸੁਖਵੀਰ ਬਾਦਲ ਨੇ ਵੀ ਇੱਕ ਇੱਕ ਸੀਮਾ ਨੂੰ ਤੋੜ ਕੇ ਦਾਇਰਿਆਂ ਨੂੰ ਤੋੜ ਕੇ ਆਪਣਾ ਜਿਹੜਾ ਫੈਲਾਅ ਵਿਸਤਾਰ ਕਰ ਦਿਆ ਪਰ ਜਿਹੜੀ ਦੂਜੀ ਸਭ ਤੋਂ 네ਗੇਟਿਵ ਘਟਨਾ ਵਾਪਰੀ ਜਿਹੜੀ ਆ ਜਿਹੜੀ ਅੱਜ ਸਾਡੀ ਸਭ ਤੋਂ ਵੱਡੀ ਮੁਸੀਬਤ ਬਣੀ ਹੋਈ ਆ ਉਹ ਇਹ ਹੈ ਕਿ ਜਿਹੜੀ ਇੱਕ ਕੋਰ ਉਹਨਾਂ ਦੀ ਇੱਕ ਜਥੇਬੰਦੀ ਹੁੰਦੀ ਸੀ ਆਲ ਇੰਡੀਆ ਸਿਕਸ ਟੂ ਫੈਡਰੇਸ਼ਨ ਜਿਹੜੀ ਆ ਉਹ ਤੋਂ ਮੁਖ ਮੋਲਿਆ ਉਹਦੀ ਥਾਂ ਦੇ ਉੱਤੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਖੜੀ ਕਰ ਦਿੱਤੀ ਸੋਈ ਉਹੀ ਉਸੇ ਤਰਜ਼ ਦੇ ਉੱਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਆਕਾਲੀ ਦਲ ਨੂੰ ਡਿਜ਼ਾਈਨ ਕੀਤਾ ਗਿਆ ਕਿ ਵਿਦਿਆਰਥੀ ਜਿਸ ਬੰਦੀਆਂ ਦੇ ਵਿੱਚ ਵੀ ਬਾਕੀ ਤਕਵਿਆਂ ਨੂੰ ਲਿਆਂਦਾ ਗਏ ਹੋ ਉਲਟ ਗਿਆ ਉੱਥੇ ਉਹ ਲੋਗ ਆਉਣੇ ਸ਼ੁਰੂ ਹੋ ਗਏ ਜਿਹੜੇ ਜਿਹੜੇ ਥੋੜੇ ਐਨਰਜੀ ਸੀ ਉਹਨਾਂ ਦੇ ਯੂਥ ਸੀ ਪਰ ਉਹ ਬਹੁਤ ਕੁਝ ਚਾਹੁੰਦੇ ਸੀ ਤੇ ਹੌਲੀ ਹੌਲੀ ਜਿਹੜੀ ਗੈਂਗਸਟਰ ਜਿਹੜੀ ਪੈਦਾ ਉੱਥੇ ਹੋਣ ਲੱਗ ਪਏ ਪੈਸਾ ਉਹ ਚ ਇਨਵੋਲਵ ਹੋ ਗਿਆ ਤੇ ਪੁਸ਼ਟ ਪਨਾਈ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਹੋ ਗਈ ਅੱਜ ਅਸੀਂ ਉਹਦੇ ਸਿੱਟੇ ਭੁਗਤ ਰਹੇ ਹਾਂ ਉਹਨੂੰ ਉਹਦੇ ਪੋਲੀਟਿਕਲ ਕ੍ਰਿਟਿਕਸ ਨੇ ਦੇਖਿਆ ਹੀ ਨਹੀਂ ਵੀ ਆ ਇੱਕ ਨਵਾਂ ਵਰਤਾਰਾ ਵੀ ਵਾਪਰ ਰਿਹਾ ਜਿਹਨੇ ਪੰਜਾਬ ਦੀ ਬਹੁ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਕਰਨਾ ਪੈ ਰਿਹਾ ਸੋ ਇਹਦੇ ਤੋਂ ਕਿੱਦਾਂ ਵਾਪਸ ਆਉਣਾ ਇਹ ਤਾਂ ਹੁਣ ਉਹਨਾਂ ਦੇ ਸਾਹਮਣੇ ਚਿੰਤਾ ਹੋਣੀ ਚਾਹੀਦੀ ਆ ਪਰ ਚਿੰਤਾ ਉਹਨਾਂ ਨੂੰ ਕੋਈ ਨਹੀਂ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਹੇਠਲੇ ਜਿਹੜੇ ਕਾਰਡਰ ਰਹਿ ਗਏ ਆ ਉਹਨਾਂ ਤੋਂ ਇਹ ਆਵਾਜ਼ ਉੱਠ ਰਹੀ ਹੈ ਵੀ ਬਾਦਲਾਂ ਨੂੰ ਹੁਣ ਪਾਸੇ ਹੋ ਜਾਣਾ ਚਾਹੀਦਾ ਪਰ ਮਸਲਾ ਇਹ ਹੈ ਮਨਪ੍ਰੀਤਿਆਲੀ ਹੋਵੇ ਜਾਂ ਕੋਈ ਵੀ ਹੋਵੇ ਕੋਈ ਐਡਾ ਵੱਡਾ ਚਿਹਰਾ ਨਹੀਂ ਹੈ ਜਿਹੜੇ ਚਿਹਰੇ ਵੱਡੇ ਕਿਸੇ ਵੇਲੇ ਦੇਖਿਆ ਆਪਾਂ ਜਥੇਦਾਰ ਗੁਰਚੰਦ ਸਿੰਘ ਟੋੜਾ ਤੋਂ ਲੈ ਕੇ ਕੁਲਦੀਪ ਸਿੰਘ ਬਡਾਲੇ ਤੱਕ ਤੇ ਬਾਅਦ ਵਿੱਚ ਮਨਪ੍ਰੀਤ ਬਾਦਲ ਤੱਕ ਉਹ ਸਾਰੇ ਯਤਨ ਜਾਂ ਕੌਲਜੀ ਕੈਪਟਨ ਕੌਲਜੀ ਤਾਂ ਉਹਨਾਂ ਦੀ ਸੜਕਾਸੇ ਡੈਥ ਹੋ ਗਈ ਜਾਂ ਫਿਰ ਆਪਾਂ ਦੇਖਿਆ ਢੀਂਡ ਸੇ ਹੋਰੀ ਉਹ ਸਾਰੇ ਤੇਰਵੇ ਉਹਨਾਂ ਨੇ ਫੇਲ ਹੋ ਚੁੱਕੇ ਆ ਉਦਾਂ ਦਾ ਵੱਡਾ ਦੇਖਪੱਖ ਵਾਲਾ ਚਿਹਰਾ ਕੋਈ ਨਹੀਂ ਹੈ ਜਿਹੜਾ ਬਦਲ ਦੇ ਰੂਪ ਦੇ ਵਿੱਚ ਅਕਾਲੀ ਦਲ ਦੇ ਅੰਦਰ ਇਹ ਪੇਸ਼ ਹੋ ਸਕੇ ਮੰਤਰੀ ਤੇ ਹਾਲੀ ਹਾਲੇ ਠੀਕ ਹੈ ਯੰਗ ਹੈ ਪਰ ਉਹਨਾਂ ਦੇ ਪਿੱਛੇ ਉਹ ਉਹਨੇ ਕਿਸਮ ਦੇ ਲੋਕ ਨਹੀਂ ਹੈਗੇ ਦੂਜੀ ਗੱਲ ਕਿਸੇ ਵੀ ਪਾਰਟੀ ਤੇ ਕਬਜ਼ਾ ਕਰਕੇ ਉਹਦਾ ਵਿਸਤਾਰ ਦੇ ਕਰਨ ਦਾ ਤਾਂ ਇਕਨੋਮੀ ਬੜੀ ਇੰਪੋਰਟੈਂਟ ਹੈ ਇਕਨੋਮੀ ਸਾਰੀ ਜਿਹੜੀ ਬਾਦਲਾਂ ਦੇ ਕੋਲ ਹੈ ਸੋ ਇਸ ਵੇਲੇ ਲੋੜਾਂ ਦੀ ਲੋੜ ਹੈ ਕਿ ਜੇ ਬਾਦਲ ਪਰਿਵਾਰ ਜੀ ਚਾਵੇ ਤਾਂ ਆਪ ਹੀ ਹੱਥ ਜੋੜ ਕੇ ਪਿਛਲੀ ਬੈਂਚ ਤੇ ਬੈਠ ਜਿਹਾ ਕੇ ਤਾਂ ਅਕਾਲੀ ਦਲ ਦਾ ਥੋੜਾ ਬਹੁਤ ਜਿਹੜਾ ਬਚਾਅ ਹੋ ਸਕਦਾ ਨਹੀਂ ਤਾਂ ਉਹ ਜਿਹੜਾ ਚੋਣਾ ਦਾ ਸਟੰਟਵਾਜੀ ਹੈਗੀ ਉਹ ਤਾਂ ਆਉਣ ਵਾਲੇ ਸਮੇਂ ਚ ਆਪਾਂ ਦੇ ਜਿੰਦੇ ਜਾਂਦੇ ਜਾਂਦੇ ਕੱਲਲੇ ਇਨਕਾਉਂਟਰ ਬਾਰੇ ਜਨਨ ਚਾਹੁੰਦੇ ਆ ਕਿ ਖੂਬ ਤਰ੍ਹਾਂ ਦੀ ਚਰਚਾਾਂ ਵਾਂ ਸੋਸ਼ਲ ਮੀਡੀਆ ਤੇ ਵਟਸਐਪ ਗਰੁੱਪਾਂ ਚ ਕਈ ਤਰ੍ਹਾਂ ਦੀ ਚਰਚਾਾਂ ਚ ਚੱਲਦੀਆਂ ਕਿਵੇਂ ਦੇਖੋ ਇੱਕ ਪਾਸੇ ਉਹ ਕਹਿੰਦੇ ਉਹ ਮਾਂ ਕਹਿੰਦੀ ਹੈ ਕਿ ਮੈਨੂੰ ਸਕੂਨ ਮਿਲਿਆ ਦੂਏ ਪਾਸੇ ਇਹ ਵੀ ਕਿਸੇ ਮਾਮਾ ਦੇ ਪੁੱਤ ਸੀ ਕਿਉਂ ਮਾਮਾ ਦੇ ਪੁੱਤਾਂ ਜਾਂ ਜਾ ਰਹੇ ਨੇ ਚਾਹੇ ਕੋਈ ਗੋਲੀ ਮਾਰ ਰਿਹਾ ਚਾਹੇ ਕੋਈ ਗੋ ਉਹ ਕ੍ਰੇਸੀ ਵੀ ਜੇ ਕੋਈ ਲਿਆਂਦੇ ਵੀ ਗਏ ਨੇ ਲਾਰੈਂਸ ਬਿਸ਼ਨੋਈ ਆ ਜਾਂ ਕੁਝ ਲੋਕ ਗ੍ਰਿਫਤਾਰ ਵੀ ਕੀਤੇ ਗਏ ਆ ਪੰਜਾਬ ਪੁਲਿਸ ਦਾ ਬਹੁਤਾ ਰੋਲ ਨਹੀਂ ਸੀ ਉਹ ਦਿੱਲੀ ਪੁਲਿਸ ਜਾਂ ਬਾਕੀ ਜਿਹੜੇ ਸੂਬਿਆਂ ਦੀ ਪੁਲਿਸ ਦੀ ਐਕਟੀਵਿਟੀ ਸੀ ਤੇ ਉਹਨਾਂ ਨੂੰ ਟ੍ਰਾਂਜ਼ੀਟ ਰਿਮਾਂਡ ਤੇ ਲਿਆਂਦਾ ਗਿਆ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਉੱਤੇ ਬਹੁਤ ਵੱਡਾ ਕੁਐਸਚਨ ਸੀ ਵੀ ਇਹ ਕੀ ਕਰ ਰਿਹਾ ਜਿਹੜੇ ਦੋ ਮੁੰਡੇ ਮਾਰੇ ਗਏ ਆ ਇਹ 4 10 ਦਿਨ ਪਹਿਲਾਂ ਉਹਨਾਂ ਦੀ ਇੱਕ ਸੀਸੀਟੀਵੀ ਜਿਹੜੀ ਆਈਸੀ ਜਿਹਦੇ ਤੋਂ ਮੋਗੇ ਤੋਂ ਚੋਰੀ ਦੇ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਪੁਲਿਸ ਬਹੁਤ ਵੱਡੇ ਘੇਰੇ ਸੀ ਸੋ ਅਲਟੀਮੇਟਲੀ ਕਿਵੇਂ ਇਨਪੁਟ ਮਿਲੀ ਕਿਵੇਂ ਨਹੀਂ ਇਹ ਤਾਂ ਦੇਖੋ ਜੋ ਬਰੀਫਿੰਗ ਹੋ ਕਾਰਨ ਕਿ ਸਾਰੀਆਂ ਚੀਜ਼ਾਂ ਕੀ ਹੈ ਕਿਉਂਕਿ ਅਸੀਂ ਬਿਨਾਂ ਫੈਕਟ ਤੋਂ ਕਦੀ ਗੱਲ ਨਹੀਂ ਕਰਦੇ ਪਰ ਇਹ ਮੁਕਾਬਲਾ ਜਿਸ ਤਰੀਕੇ ਨਾਲ ਚੱਲਿਆ 4-5 ਘੰਟੇ ਹ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਇੱਕ ਸਧਾਰਨ ਜਿਨ੍ਹਾਂ ਨੂੰ ਅਸੀਂ ਗੈਂਗਸਟਰ ਕਹਿ ਰਹੇ ਹਾਂ ਉਹਨਾਂ ਦਾ ਸਟਾਈਲ ਜਿਹੜਾ ਲਗਾਤਾਰ 5 ਘੰਟੇ ਤੱਕ ਲਗਾਤਾਰ ਜੋ ਮੁਕਾਬਲੇ 'ਚ ਰਹੇ ਦੋ ਜਣੇ ਇੰਨੀ ਪੁਲਿਸ ਇੰਨੀ ਪੁਲਿਸ ਚਾਰੇ ਪਾਸੇ ਘੇਰੇ ਹੋਏ ਤੇ ਉਹਨਾਂ ਦਾ ਸਟਾਈਲ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਟ੍ਰੇਨਿੰਗ ਐਦਾਂ ਹੋਈ ਹੈ ਜਿੱਦਾਂ ਜਿੱਦਾਂ ਕਮਾਂਡੋ ਕਮਾਂਡੋ ਹੁੰਦੀ ਜੇ ਕਸ਼ਮੀਰ ਦੇ ਵਿੱਚ ਬਹੁਤੇ ਇਦਾਂ ਦੇ ਮੁਕਾਬਲੇ ਹੁੰਦੇ ਜੋ ਕਸ਼ਮੀਰ ਦੇ ਉਹਨਾਂ ਐਡੀਐਸ ਦੇ ਵਿੱਚ ਵੀ ਜਿੱਦਾਂ ਬਹੁਤ ਵੱਡੀ ਟ੍ਰੇਨਿੰਗ ਜਿਹੜੀ ਆ ਲੰਮੀ ਟ੍ਰੇਨਿੰਗ ਤੋਂ ਬਾਅਦ ਉਹ ਐਸੇ ਤੱਕ ਆਈ ਹੁੰਦੀ ਹੈ ਸੋ ਇਹ ਖਤਰਾ ਵੀ ਹੈ ਦੂਜੀ ਗੱਲ ਆ ਕਿ ਦੇਖੋ ਅਸੀਂ ਮੁਕਾਬਲੇ 'ਚ ਬਹੁਤਾ ਯਕੀਨ ਕਰਨ ਵਾਲੇ ਲੋਕ ਨਹੀਂ ਹੈ ਇਹ ਠੀਕ ਹੈ ਇਸ ਮੁਕਾਬਲੇ ਤੇ ਕੋਈ ਬਹੁਤਾ ਵਿਰੋਧ ਨਹੀਂ ਦਿਖਾ ਲੋਕਾਂ ਨੇ ਖੁਸ਼ੀ ਜੇ ਹੀ ਮਨਾਈ ਹੈ ਇਸ ਗੱਲ ਦੀ ਵੀ ਠੀਕ ਹੈ ਇਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰਿਆ ਸੀ ਤੇ ਇਹ ਬਰਾਬਰ ਉਹ ਮਾਰੇ ਗਏ ਆਮ ਤੌਰ ਤੇ ਪੁਲਿਸ ਦੇ ਮੁਕਾਬਲਿਆਂ ਤੇ ਤੇ ਕੁਐਸਚਨ ਮਾਰ ਕਰਦੇ ਆ ਕਿ ਇਹ ਨਹੀਂ ਹੋਇਆ ਪਰ ਇਹਦਾ ਮਤਲਬ ਹੈ ਕਿ ਪ ਸੋਚਣ ਲੱਗ ਪਿਆ ਮਤਲਬ ਜੇਸ ਪੁਲਿਸ ਦੇ ਉੱਤੇ ਬਹੁਤ ਵੱਡੇ ਸਵਾਲ ਉੱਠਦੇ ਰਹੇ ਆ ਉਸ ਪੁਲਿਸ ਨੂੰ ਜੱਜ ਸ਼ਾਵਾਸ਼ੀ ਦਿੱਤੀ ਜਾ ਰਹੀ ਹੈ ਤੇ ਇਹਦਾ ਮਤਲਬ ਹੈ ਕਿ ਕੁਝ ਬਦਲ ਰਿਹਾ ਪੰਜਾਬ ਦੇ ਵਿੱਚ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਬਹੁਤ ਹੀ ਜ਼ਿਆਦਾ ਹੋਰ ਕਲੈਰਿਟੀ ਦੇ ਨਾਲ ਬਹੁਤੀਆਂ ਚੀਜ਼ਾਂ ਸਪਸ਼ਟ ਕਰਨੀਆਂ ਚਾਹੀਦੀਆਂ ਦੱਸਣਾ ਚਾਹੀਦਾ ਹੈ ਕਿ ਉਹਨਾਂ ਦੀ ਇਨ ਫਿਊਚਰ ਜਿਹੜੀ ਆ ਪਾਲਿਸੀ ਕੀ ਹੈ ਕਾਸਟੋਰ ਤੇ ਡਰੱਗ ਦੇ ਇਸ਼ੂ ਦੇ ਉੱਤੇ ਵੀ ਤੇ ਗੈਂਗਸਟਰ ਜਿਹੜੇ ਆ ਜਾਂ ਵੱਡੇ ਵੱਡੇ ਗਰੁੱਪ ਜਿਹੜੇ ਗੈਂਗਸਟਰ ਆ ਉਹਨਾਂ ਦੇ ਪ੍ਰਤੀ ਉਹਨਾਂ ਦੀ ਅਸਲ ਦੇ ਵਿੱਚ ਨੀਤੀ ਕੀ ਹੈ ਕਿਵੇਂ ਉਹਨਾਂ ਨਾਲ ਟੱਕਰਨਾ ਚਾਹੁੰਦੇ ਬਿਲਕੁਲ ਸਰਕਾਰ ਨੂੰ ਆਪਣੀਆਂ ਨੀਤੀਆਂ ਸਪੱਸ਼ਟ ਕਰਨੀਆਂ ਪੈਣੀਆਂ ਚਾਹੇ ਉਹ ਗੈਂਗਸਟਰ ਵਾਰ ਨੂੰ ਲੈ ਕੇ ਹੋਵੇ ਚਾਹੇ ਉਹ ਨਸ਼ਾ ਨੂੰ ਲੈ ਕੇ ਹੋਵੇ ਭਗਵਾਨ ਤੁਮਣ ਦਮ ਜ਼ਰੂਰ ਭਰ ਰਹੇ ਨੇ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਪੰਜਾਬ ਨੂੰ ਮੁਕਤ ਕਰਾਵਾਂਗੇ ਸੋ ਉਹਦੇ ਲਈ ਕਿਹੜੀ ਹੋਰ ਰੂਪਰੇਖਾ ਅਖਤਿਆਰ ਕਰਨਗੇ ਕਿਹੜਾ ਢੰਗ ਤਰੀਕਾ ਅਖਤਿਆਰ ਕਰਨਗੇ ਉਹਦੇ ਬਾਰੇ ਆਉਂਦੇ ਦਿਨਾਂ 'ਚ ਜੇਕਰ ਕੋਈ ਤਸਵੀਰ ਸਾਫ ਹੋਈ ਤਾਂ ਉਹ ਵੀ ਚਰਚਾ ਲੈ ਕੇ ਆ ਨਾਲ ਤਤਕਲੀ ਸਾਨੂੰ ਦੀ ਇਜਾਜ਼ਤ ਤੁਸੀਂ ਵੇਖਦੇ ਰਹੋ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ